ਤੇ ਬਿਲਕੁਲ ਸਵਾਦ ਕੁੱਕੀਜ਼ ਬਣੀਆਂ ਨੇ ਜਿਹੜੀਆਂ ਆਪਾਂ ਸਬਵੇ ਤੋਂ ਨਹੀਂ ਖਾਂਦੇ ਹੁੰਦੇ, ਕਈ ਜਣੇ ਖਾਂਦੇ ਨੇ, ਉਸ ਟਾਈਪ ਦੀਆਂ ਇੰਨੀਆਂ ਟੇਸਟੀ ਨੇ ਨਾ। ਤੇ ਡੱਬਾ ਦੇਣ ਆਏ ਜੀ? ਹਾਂ ਬੀਬੀ, ਡੱਬਾ ਲੈ। ਹੈਲੋ, ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਹੋ? ਸੋ ਦੋਸਤੋ, ਅੱਜ ਮੈਂ ਪੂਰੇ ਇੱਕ ਹਫ਼ਤੇ ਬਾਅਦ ਵਾਪਸ ਜਾ ਰਹੀ ਹਾਂ ਮੋਹਾਲੀ, ਅਤੇ ਪੂਰਾ ਹਫ਼ਤਾ ਮੈਂ ਬੱਚਿਆਂ ਤੋਂ ਬਗੈਰ ਕੱਟਿਆ, ਅਤੇ ਸ਼ੁੱਕਰਵਾਰ ਉਹ ਮੇਰੇ ਕੋਲ ਆਏ ਸੀਗੇ, ਅਤੇ ਹੁਣ ਫਿਰ ਅਸੀਂ ਜਾ ਰਹੇ ਹਾਂ ਮੋਹਾਲੀ। ਅਤੇ ਮੈਂ ਇਹ ਦੱਸ ਦੇਵਾਂ ਕਿ ਨਿਆਮਤ ਅੰਮ੍ਰਿਤਸਰ ਆ, ਅਤੇ ਹੁਣ ਇਮਰੋਜ਼ ਜਾ ਰਿਹਾ ਵਾ ਸਾਡੇ ਨਾਲ, ਅਤੇ ਪਟਕਾ ਪੁਟਕਾ ਆਪਾਂ ਲਾ ਲਿਆ ਵਾ। ਸਰਦਾਰ ਜੀ ਨੇ ਕੀ ਖਾਣ ਡਿਓ? ਕੀ ਖਾਂਦੇ? ਆਈਸਕ੍ਰੀਮ ਖਾਣ ਡਿਆ, ਪਟਕਾ ਇਹਨੇ ਲਾ ਲਿਆ ਵਾ। ਅਤੇ ਹੁਣ ਮੋਹਾਲੀ ਨਿਆਮਤ ਅਤੇ ਮੰਮੀ ਅੰਮ੍ਰਿਤਸਰ ਦੀ, ਅਤੇ ਮਰੋਜ਼ ਅਤੇ ਮੈਂ ਵਾਪਸ ਜਾ ਰਹੇ ਹਾਂ, ਕਿਉਂਕਿ ਉੱਥੇ ਥੋੜ੍ਹਾ ਜਿਹਾ ਕੰਮ ਵਗੈਰਾ ਸੀਗਾ, ਇਸ ਕਰਕੇ ਅਸੀਂ ਨਿਆਮਤ ਨਾਲ ਨਹੀਂ ਲਿਆਏ, ਅਤੇ ਉਹੀ ਰੂਟੀਨ ਰਾਮਸੰਸ ਦੇ ਰੁਕੇ ਹਾਂ ਖਾਣ ਪੀਣ ਵਾਸਤੇ। ਇਹ ਨਿਊਡਲਸ ਮੈਂ ਨਹੀਂ ਮੰਗਵਾਏ, ਇਹ ਮੰਗਵਾਏ ਨੇ, ਕਿਹਨੇ ਮੰਗਵਾਏ ਨੇ? ਦਾਸ ਦੇ ਪਾਪੀ ਪੇਟ ਦਾ ਸਵਾਲ ਹੈ। ਮੇਰਾ ਵੀ ਆ ਗਿਆ ਹੈ ਜੀ, ਬਲੂ ਲਗੂਨ। ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਹੋ? ਅਤੇ ਬੜੇ ਦਿਨਾਂ ਬਾਅਦ ਘਰ ਵਲੋਗ ਸਟਾਰਟ ਕਰ ਰਹੀ ਹਾਂ ਮੈਂ, ਅਤੇ ਬੜੇ ਦਿਨ ਹੋ ਗਏ ਏਅਰ ਫਰਾਇਰ ਲਿਆਂਦਾ ਸੀ, ਤੁਹਾਨੂੰ ਪਤਾ, ਅਤੇ ਮੈਂ ਸੋਚਿਆ ਸੀਗਾ ਵੀ ਜਿੱਦਣ ਵੀ ਏਅਰ ਫਰਾਇਰ ਆ ਗਿਆ ਨਾ, ਅਤੇ ਉੱਦਣ ਹੀ ਬਿਸਕੁਟ ਬਣਾ ਕੇ ਜ਼ਰੂਰ ਵੇਖਣੇ ਆ, ਪਰ ਉੱਦਣ ਦਾ ਟਾਈਮ ਹੀ ਨਹੀਂ ਲੱਗਾ। ਅਤੇ ਫਿਰ ਅੱਜ ਆਪਾਂ ਬਣਾਉਣ ਲੱਗੇ ਹਾਂ ਬਿਸਕਿਟ, ਵਿਸ਼ਕੀ ਕਿੱਟ, ਯਾਨੀ ਕਿ ਬਿਸਕਿਟ। ਅੱਛਾ, ਮੈਨੂੰ ਬਣਾਉਣੇ ਬਣਾਉਣੇ ਨਹੀਂ ਆਉਂਦੇ, ਨੈੱਟ ਤੋਂ ਵੇਖੇ ਆ, ਅਤੇ ਬੇਸਿਕਲੀ ਮੈਂ ਟਰਾਈ ਕਰਨ ਲੱਗੀ ਹਾਂ, ਅਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਵੀ ਕਿਵੇਂ ਦੇ ਬਣਦੇ, ਕਿਵੇਂ ਨਹੀਂ, ਗਲਤ ਬਣਦੇ, ਸਹੀ ਬਣਦੇ, ਸਭ ਆਪਾਂ ਵੇਖਦੇ ਹਾਂ। ਠੀਕ ਹੈ, ਚਲੋ ਸੋ ਆਟਾ ਉਟਾ ਗੁੰਨ ਕੇ ਨਾ ਮੈਂ ਕੌਲੀ ਪਾਈ ਜੇ ਗੁੜ ਦੀ, ਕੌਲੀ ਪਾਈ ਸ਼ੱਕਰ ਦੀ, ਕੌਲੀ ਪਾਈ ਮੈਂ ਆਟੇ ਦੀ, ਅਤੇ 2 ਚਮਚੇ ਪਾਏ ਦੇਸੀ ਘਿਓ ਦੇ, ਥੋੜ੍ਹਾ ਜਿਹਾ ਬੇਕਿੰਗ ਸੋਡਾ ਅਤੇ ਥੋੜ੍ਹਾ ਜਿਹਾ ਨਮਕ, ਅਤੇ ਫਿਰ ਮੈਂ ਆਟਾ ਉਟਾ ਜਿਹਾ ਉਹਨੂੰ ਗੁੰਨ ਕੇ ਥੋੜ੍ਹੇ ਦੁੱਧ ਨਾਲ ਗੁੰਨਿਆ ਮੈਂ, ਅਤੇ ਮੈਂ ਪਾਤੇ ਸੀ ਏਅਰ ਫਰਾਇਰ 'ਚ, ਪਹਿਲਾਂ ਪੂਰ ਜਿਹਨੂੰ ਕਹਿੰਦੇ ਉਹ ਮੈਂ ਪਾਤਾ ਸੀਗਾ, ਅਤੇ ਬਣਾਏ ਤਾਂ ਮੈਂ ਬਿਸਕੁਟ ਸੀਗੇ, ਪਰ ਉਹ ਕੁਕੀਜ਼ ਬਣ ਕੇ ਨਿਕਲੇ ਨੇ, ਮੈਂ ਵਿਖਾਉਂਦੀ ਹਾਂ ਤੁਹਾਨੂੰ, ਪਰ ਯੰਮੀ ਦੋਸਤੋ ਪਾਏ ਤਾਂ ਬਿਸਕੁਟ ਸੀ ਪਰ ਇਹ ਕੁਕੀਜ਼ ਬਣ ਗਈਆਂ, ਪਰ ਇਹਨਾਂ ਦਾ ਸਵਾਦ ਬਹੁਤ ਅੱਛਾ ਆ, ਇਹ ਮਗਰ ਏਅਰ ਫਰਾਇਰ ਦੇ ਨੀਚੇ ਲੱਗਾ ਹੁੰਦਾ ਨਾ ਉਹਦੇ ਕਰਕੇ ਆ, ਅਤੇ ਬਿਲਕੁਲ ਸਵਾਦ ਕੁੱਕੀਜ਼ ਬਣੀਆਂ ਨੇ ਜਿਹੜੀਆਂ ਆਪਾਂ ਸਬਵੇ ਤੋਂ ਨਹੀਂ ਖਾਂਦੇ ਹੁੰਦੇ, ਕਈ ਜਣੇ ਖਾਂਦੇ ਨੇ, ਉਸ ਟਾਈਪ ਦੀਆਂ ਇੰਨੀਆਂ ਟੇਸਟੀ ਨੇ ਨਾ, ਯੰਮੀ। ਹੁਣ ਦੂਸਰਾ ਪੂਰ ਮੈਂ ਪਾਤਾ, ਤੀਸਰਾ ਮੈਂ ਰੈਡੀ ਕਰ, ਇਹ ਥਰਡ ਆ। ਹੁਣ ਮੈਂ ਥੋੜ੍ਹਾ ਬਟਰ ਪੇਪਰ ਦਾ ਯੂਜ਼ ਕਰਕੇ ਚੁੱਕਿ, ਉਹ ਮੈਂ ਕਿਹਾ ਨੁਚੜ ਜੂਗਾ, ਅਤੇ ਆਹ ਮੇਰੇ ਕੋਲ ਸ਼ੇਪਰਸ ਮੈਂ ਲਿਆਂਦੇ ਸੀਗੇ, ਮੈਂ ਰੋਜ਼ ਦੇ ਸਕੂਲ ਨਾ ਪਰਾਂਠੇ ਵਗੈਰਾ ਭੇਜਦੀ ਹਾਂ ਕੱਟ ਕੇ, ਅਤੇ ਇਹਦੇ ਨਾਲ ਹੀ ਮੈਂ ਕੱਟ ਰਹੀ ਹਾਂ ਇੱਕ, ਮੈਂ ਉਹ ਦੂਜੇ ਸਟਾਰ ਸ਼ੇਪ 'ਤੇ ਕੱਟੇ ਸੀ ਪਹਿਲਾਂ, ਹੁਣ ਮੈਂ ਆਹ ਫਲਾਵਰ ਕੱਟ ਰਹੀ ਹਾਂ। ਸੋ ਜਦੋਂ ਸਟਾਰ ਸ਼ੇਪ ਨਿਕਲਦਾ ਵਿਖਾਵਾਂ ਤੁਹਾਨੂੰ, ਮੈਂ ਏਅਰ ਫਰਾਇਰ ਜਿਹ 'ਚ ਮੈਂ ਕਰ ਰਹੀ ਹਾਂ ਕੁਕਿੰਗ, ਰੁਕ ਜਾਓ ਖਾਣੀ ਦਾ ਉਹਨਾਂ ਨੇ, ਅਤੇ ਆਹ ਵੇਖੋ ਹੁਣ ਮੈਂ ਨਾ ਸਟਾਰ ਸ਼ੇਪ ਦੇ ਪਾਏ ਹੋਏ ਨੇ, ਬਹੁਤ ਸੌਖਾ ਕੰਮ ਹੈ ਦੋਸਤੋ। ਮੈਂ ਮੈਨੂੰ ਲੱਗਾ ਸੀ ਵੀ ਔਖਾ ਹੋਊਗਾ, ਪਰ ਐਡਾ ਔਖਾ ਕੋਈ ਹੈ ਨਹੀਂਗਾ, ਬਹੁਤ ਟੇਸਟੀ ਬਣੀਆਂ ਨੇ, ਅਤੇ ਫਿਰ ਮੈਂ ਇਹਨੂੰ ਵੀ ਕੰਪਲੀਟ ਕਰਕੇ ਨਾ ਤੁਹਾਡੇ ਨਾਲ ਸਾਰੇ ਸ਼ੇਅਰ ਕਰੂੰਗੀ। ਮੈਂ ਬਹੁਤ ਖੁਸ਼ ਹਾਂ ਕਿਉਂਕਿ ਇਹ 'ਚ ਮੈਂ ਆਟਾ ਯੂਜ਼ ਕੀਤਾ, ਸ਼ੱਕਰ ਯੂਜ਼ ਕੀਤੀ ਆ, ਦੇਸੀ ਘਿਓ ਯੂਜ਼ ਕੀਤਾ, ਮਤਲਬ ਮੇਰੇ ਬੱਚਿਆਂ ਵਾਸਤੇ, ਅਤੇ ਬਹੁਤ ਟੇਸਟੀ ਨੇ, ਬਹੁਤ ਚੰਗੇ ਨੇ। ਹਾਂ, ਮੈਂ ਇਹਦੇ 'ਚ ਕਾਜੂ ਵੀ ਯੂਜ਼ ਕੀਤੇ ਨੇ, ਕਾਫੀ ਸਾਰੇ ਕਾਜੂ ਮੈਂ ਨਾ ਕੱਟ ਕੱਟ ਕੇ ਪਾਏ ਸੀ ਇਹਦੇ 'ਚ। ਸੋ ਪੂਰੇ ਬਣਾ ਕੇ ਨਾ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਘਿਓ ਨੂੰ ਚੜਨ ਡਿਆ ਥੱਲੇ ਸੀ ਬਿਸਕਿਟ, ਅਤੇ ਮੈਂ ਆਹ ਵਾਲੇ ਡੱਬੇ 'ਚ ਪਾ ਲਏ, ਅਤੇ ਲਿਖਿਆ ਸ਼ੂਗਰ ਹੈ, ਐਕਚੁਲੀ 3 ਦਾ ਸੈੱਟ ਸੀਗਾ, 2 ਗਏ ਟੁੱਟ, ਅਤੇ 1 ਸਾਡੇ ਕੋਲ ਬਚਿਆ, ਅਤੇ ਹੈਗਾ ਇਹ ਟਾਈਟ ਆ, ਅਤੇ ਮੈਂ ਕਿਹਾ ਫਿਰ ਇਹਦੇ 'ਚ ਪਾ ਲੈਂਦੇ ਹਾਂ, ਵਿਖਾਉਂਦੀ ਹਾਂ ਤੁਹਾਨੂੰ ਇਹ। ਦੇਖੋ ਚੀਜ਼ੀ ਕੀ ਨਾਮ ਤੂੰ?
ਖਾ ਲਓ। ਉਹ ਹੈਲਦੀ ਜੀਆਂ ਸੋ ਹੈਲਦੀ ਜੀਆਂ ਕੁਕੀਜ਼ ਅਤੇ ਜਾਂ ਬਿਸਕਿਟ ਕਹਿ ਲਓ ਬਣ ਕੇ ਤਿਆਰ ਨੇ ਅਤੇ ਵੱਖਰੀਆਂ ਵੱਖਰੀਆਂ ਸ਼ੇਪ ਦੀਆਂ ਨੇ ਜਿਸ ਕਰਕੇ ਬੱਚੇ ਖੁਸ਼ ਹੋ ਕੇ ਖਾਂਦੇ ਨੇ ਅਤੇ ਮੇਰੀ ਨਾਮ ਤੱਕ ਯੰਮੀ 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 ਕਰ ਦਿਓ ਪੀਸ਼ ਪੀਸ਼ ਯੰਮੀ ਯੰਮੀ ਅਤੇ ਨਿਆਮਤ ਖਾ ਰਹੀ ਹੈ। ਸੋ ਤੁਸੀਂ ਵੀ ਘਰੇ ਬਣਾਉਣਾ ਚਾਹੋ ਬਣਾ ਸਕਦੇ ਹੋ। ਇਹ ਕੜਾਹੀ 'ਚ ਵੀ ਬਣ ਜਾਂਦੇ ਨੇ ਵੈਸੇ, ਮਤਲਬ ਔਖਾ ਕੰਮ ਨਹੀਂ ਹੈਗਾ, ਕੜਾਹੀ 'ਚ ਵੀ ਈਜ਼ੀਲੀ ਬਣ ਜਾਂਦੇ ਨੇ, ਬਹੁਤ ਛੇਤੀ ਬਣਦੇ ਨੇ। ਸੋ ਬਣਾ ਕੇ ਟਰਾਈ ਜ਼ਰੂਰ ਕਰਿਓ। ਥੈਂਕ ਯੂ। ਅੱਜ ਮੌਸਮ ਬਹੁਤ ਸੋਹਣਾ ਆ ਇੱਥੇ ਮੋਹਾਲੀ ਦੇ ਵਿੱਚ। ਸਵੇਰੇ ਸਵੇਰੇ ਮੀਂਹ ਪੈ ਰਿਹਾ ਸੀ ਔਰ ਇੰਨੀ ਤੇਜ਼ ਮੀਂਹ ਸੀ ਨਾ, ਅਤੇ ਕਵਲ ਘਰ ਨਹੀਂ ਸੀਗੇ, ਉਹ ਅੰਮ੍ਰਿਤਸਰ ਗਏ ਹੋਏ ਅਤੇ ਮੈਂ ਇਮਰੋਜ਼ ਨੂੰ ਸਕੂਲ ਛੱਡ ਕੇ ਆਉਣਾ ਸੀ ਅਤੇ ਮੈਨੂੰ ਕਾਰ ਵੀ ਨਹੀਂ ਚਲਾਉਣੀ ਆਉਂਦੀ ਅਤੇ ਕੈਬ ਬੁੱਕ ਨਹੀਂ ਸੀ ਹੋ ਰਹੀ, ਮੀਂਹ ਬਹੁਤ ਜ਼ਿਆਦਾ ਤੇਜ਼ ਸੀਗਾ। ਫਿਰ ਮੈਂ ਇਹ ਫੈਸਲਾ ਲਿਆ ਵੀ ਐਕਟੀਵਾ 'ਤੇ ਹੀ ਜਾਵਾਂਗੇ ਅਤੇ ਵਿਚਾਰੇ ਨੂੰ ਅਮਰੇਲਾ ਫੜਾਈ ਉਹਨੇ ਐਂ ਤਾਂ ਕਰਕੇ ਵਿਚਾਰੇ ਨੇ ਰੱਖੀ ਅਤੇ ਫਿਰ ਮੈਂ ਉਹਨੂੰ ਸਕੂਲ ਛੱਡ ਕੇ ਆਈ ਅਤੇ ਆਪ ਮੈਂ ਗਈ ਭਿੱਜ ਅਤੇ ਥੋੜ੍ਹਾ ਗਲਾ ਜਿਹਾ ਵੀ ਖਰਾਬ ਆ, ਜ਼ੁਕਾਮ ਵੀ ਲੱਗਾ ਆ। ਅੱਜ ਹੈਗਾ ਆ ਮੇਰਾ ਸ਼ੂਟ ਡੇ, ਸੋ ਅੱਜ ਆਪਾਂ ਸ਼ੂਟ ਕਰਨ ਜਾ ਰਹੇ ਹਾਂ ਜੀ। ਲਓ ਕਰ ਲਓ ਗੱਲ ਨਵਨੀਤ ਰੰਦੇ, ਗੈਸਟ ਕਿਹੜੇ ਨੇ ਜ਼ਰੂਰ ਮੈਂ ਤੁਹਾਨੂੰ ਉੱਥੇ ਜਾ ਕੇ ਮਿਲਾਊਂਗੀ। ਵਲੋਗ ਮੈਂ ਇਸੇ ਲਈ ਸ਼ੁਰੂ ਕੀਤਾ ਕਿ ਮੈਂ ਇਹਨੂੰ ਕੰਪਲੀਟ ਵੀ ਕਰ ਪਾਵਾਂ ਅਤੇ ਉਸ ਤੋਂ ਬਾਅਦ ਫਿਲਹਾਲ ਮੈਂ ਬਣਾ ਰਹੀ ਹਾਂ ਜੀ ਅਰਬੀ ਦੀ ਸਬਜ਼ੀ ਅਤੇ ਲੂਣ ਲਾ ਕੇ ਰੱਖਤਾ ਆਪਾਂ ਅਰਬੀ ਨੂੰ। ਸੋ ਇਹ ਆ ਓਇਲਿੰਗ ਕੀਤੀ ਹੈ ਵਾਲਾਂ 'ਚ ਮੈਂ, ਅਤੇ ਵਾਲ ਨਾ ਹੁਣ ਥੋੜ੍ਹੇ ਥੋੜ੍ਹੇ ਝੜਨੇ ਸਟਾਰਟ ਹੋ ਗਏ, ਸ਼ਾਇਦ ਮੌਸਮ ਕਰਕੇ ਆ ਜਾਂ ਸਟ੍ਰੈਸ ਕਰਕੇ ਪਤਾ ਨਹੀਂ, ਪਰ ਵਾਲ ਝੜਦੇ ਪਏ ਨਹੀਂ, ਸੋ ਇਸ ਕਰਕੇ ਮੈਂ ਥੋੜ੍ਹੀ ਜਿਹੀ ਓਇਲਿੰਗ ਕੀਤੀ ਆ। ਚਲੋ ਬਣੇ ਰਹੋ ਫਿਰ ਵਲੋਗ ਦੇ ਵਿੱਚ, ਰੈਡੀ ਹੋ ਆ ਜਾਓ ਫਿਰ। ਉਹ ਹੁਣ ਮੈਂ ਬਣਾ ਰਹੀ ਹਾਂ ਜੀ ਅਰਬੀ, ਪਿਆਜ਼ ਆਪਾਂ ਕੱਟ ਲਿਆ, ਲੂਣ ਲਾ ਕੇ ਮੈਂ ਪਹਿਲਾਂ ਰੱਖ ਦਿੱਤੀ ਸੀ ਅਰਬੀ ਅਤੇ ਹੋ ਗਈ ਹੋਣੀ ਆ। ਇਕੱਲੀ ਹੋਣੀ ਨਾ, ਹੁਣ ਇਕੱਲੀ ਜਦੋਂ ਹੁੰਦੀ ਆ ਨਾ ਘਰ 'ਤੇ ਬੜਾ ਅਜੀਬ ਲੱਗਦਾ ਆ। ਇੱਕ ਤਾਂ ਤੁਹਾਡਾ ਸਬਜ਼ੀ ਬਣਾਉਣ ਨੂੰ ਦਿਲ ਨਹੀਂ ਕਰਦਾ, ਮਨ ਹੁੰਦਾ ਯਾਰ ਜੋ ਬਣਿਆ ਖਾ ਲਈਏ। ਵੈਸੇ ਦਾਲ ਪਈ ਆ ਪਰ ਮੈਂ ਥੋੜ੍ਹੀ ਡਾਇਟ ਜੀ ਕਰ ਰਹੀ ਹਾਂ, ਉਹਦੇ ਕਰਕੇ ਮੈਨੂੰ ਹੁੰਦਾ ਕਿ ਸਬਜ਼ੀਆਂ ਦੀਆਂ ਵਰਾਇਟੀਆਂ ਹੋਣ, ਲਾਈਕ ਦਾਲ ਹੈਗੀ ਆ ਹੈ ਨਾ, ਦਾਲ 'ਚ ਪ੍ਰੋਟੀਨ ਹੁੰਦਾ ਅੱਛਾ ਹੁੰਦਾ ਵਾ, ਨਾਲ ਕੋਈ ਸਬਜ਼ੀ ਹੋਵੇ, ਫਿਰ ਮੈਂ ਇੱਕ ਫੁਲਕਾ ਖਾ ਲੈਂਦੀ ਨਾਲ ਸਬਜ਼ੀ ਅਤੇ ਦਾਲ ਖਾ ਲੈਂਦੀ ਹਾਂ, ਫਿਰ ਇਸ ਕਰਕੇ ਮੈਂ ਥੋੜ੍ਹਾ ਜਿਹਾ ਮਿਹਨਤ ਕਰ ਹੀ ਲੈਂਦੀ ਹਾਂ ਵੀ ਯਾਰ ਕਰ ਲਓ। ਸੋ ਹੁਣ ਮੈਂ ਅਰਬੀ ਬਣਾ ਰਹੀ ਹਾਂ ਅਤੇ ਚਲੋ ਬਣਾਉਂਦੀ ਹਾਂ। ਮੈਂ ਅਰਬੀ ਫਰਾਈ ਕਰਕੇ ਕੱਢ ਲਈ ਆ ਅਤੇ ਹੁਣ ਮੈਂ ਪਿਆਜ਼ ਫਰਾਈ ਕਰ ਰਹੀ ਹਾਂ। ਸੋ ਵੈਸੇ 10 ਵੱਜ ਗਏ ਆ ਅਤੇ ਮੈਨੂੰ ਭੁੱਖ ਲੱਗੀ ਆ, ਚਲੋ ਬਣ ਚੱਲੀ ਸਬਜ਼ੀ ਬਸ। ਅਤੇ ਇਹ ਬਣ ਗਈ ਹੈ ਜੀ ਅਰਬੀ ਦੀ ਸਬਜ਼ੀ, ਅਤੇ ਦੇਖਣ ਨੂੰ ਵੀ ਬੜੀ ਸਵਾਦ ਲੱਗ ਰਹੀ ਅਤੇ ਮੈਨੂੰ ਇੰਨੀ ਭੁੱਖ ਲੱਗ ਰਹੀ ਨਾ ਵੇਖ ਵੇਖ ਕੇ, ਮਨ ਕਰਨ ਡਿਆ ਵੀ 2 ਮਿੰਟ ਤੋਂ ਪਹਿਲਾਂ ਖਾ ਲਵਾਂ ਬਸ, ਪਰ ਥੋੜ੍ਹੀ ਜਿਹੀ ਫਰਾਈ ਹੋ ਲੈਣ ਦਿਓ। ਵਲੋਗ ਸ਼ੁਰੂ ਕੀਤਾ ਹੋਵੇ ਅਤੇ ਵਲੋਗ ਦੇ ਵਿੱਚ ਕੋਈ ਪਾਰਸਲ ਨਾ ਆਵੇ, ਇਹ ਕਿੱਦਾਂ ਹੋ ਸਕਦਾ। ਸੋ ਆ ਗਿਆ ਆਪਣਾ ਪਾਰਸਲ, ਖੋਲ੍ਹ ਕੇ ਵਹਿੰਦੇ ਹਾਂ। ਫਿਰ ਮੈਂ ਸਿਲੈਕਟ ਕੀਤੇ ਜੀ ਸੂਟ ਕਿ ਕਿਹੜਾ ਸੂਟ ਪਾਉਣਾ ਹੈ ਸ਼ੂਟ ਦੇ ਵਿੱਚ, ਮੈਨੂੰ ਥੋੜ੍ਹਾ ਜਿਹਾ ਜ਼ੁਕਾਮ ਲੱਗਾ ਇਸ ਕਰਕੇ ਆਵਾਜ਼ ਹੋਰ ਤਰ੍ਹਾਂ ਆ। ਸੋ ਆਹ ਸਿਲੈਕਟ ਕੀਤਾ ਸੀ, ਇੱਕ ਮੈਂ ਵਾਈਟ ਸੋਚ ਰਹੀ ਸੀ ਪਰ ਫਿਰ ਮੈਂ ਹੋਰ ਹੀ ਕੋਈ ਸੂਟ ਪਾਇਆ। ਅਤੇ ਸੋ ਇਹ ਹੈ ਜੀ ਸਰਪ੍ਰਾਈਜ਼, ਸਾਡੇ ਅਗਲੇ ਪੋਡਕਾਸਟ ਦੇ ਵਿੱਚ ਆ ਰਹੀ ਹੈ ਜੀ ਦੇਵਗਨ ਫੈਮਿਲੀ। ਹਾਂਜੀ ਬਹੁਤ ਸਾਰੇ ਮੈਸੇਜਸ ਆਏ ਸੀ ਕਿ ਇਹਨਾਂ ਨੂੰ ਬੁਲਾਓ ਇਹਨਾਂ ਨੂੰ ਬੁਲਾਓ, ਅਤੇ ਸੱਚੀ ਸਾਰੇ ਜਣੇ ਬਹੁਤ ਵਧੀਆ ਨੇ। ਸੋ ਆਹ ਵਾਲੇ ਮੰਗਲਵਾਰ ਜਿਹੜਾ ਪੋਡਕਾਸਟ ਆਏਗਾ ਤੁਸੀਂ ਦੇਖੋਗੇ ਦੇਵਗਨ ਫੈਮਿਲੀ ਦੇ ਨਾਲ, ਅਤੇ ਆਹ ਡੱਬਾ ਲੈ ਕੇ ਆਏ ਸੀ ਅਮਰਵੀਰ ਦੇ ਵਿਆਹ ਦਾ, ਅਤੇ ਉਦੋਂ ਅਸੀਂ ਇੱਕ ਰੀਲ ਸ਼ੂਟ ਕੀਤੀ। ਰੀਲ ਤੁਹਾਨੂੰ ਮਿਲੂਗੀ ਜੀ ਇੰਸਟਾਗ੍ਰਾਮ ID ਦੇ ਉੱਤੇ ਨਵਨੀਤ ਰੰਦੇ, ਸਰਚ ਕਰ ਲਿਓ ਇੰਸਟਾਗ੍ਰਾਮ 'ਤੇ ਮਿਲ ਜੂਗੀ, ਅਤੇ ਡੂ ਫੋਲੋ। ਅਤੇ ਉਮੀਦ ਕਰਦੀ ਹਾਂ ਵਲੋਗ ਚੰਗਾ ਲੱਗਾ ਹੋਊਗਾ, ਮੈਨੂੰ ਫੈਮਿਲੀ ਨੂੰ ਮਿਲ ਕੇ ਇਹਨਾਂ ਨੂੰ ਬਹੁਤ ਵਧੀਆ ਲੱਗਾ। ਆਹ ਵਾਲੇ ਮੰਗਲਵਾਰ ਜਿਹੜਾ ਜੀ ਆਏਗਾ ਪੋਡਕਾਸਟ, ਉਹ ਇਹਨਾਂ ਦੇ ਨਾਲ ਹੋਏਗਾ, ਬੜਾ ਅੱਛਾ ਪੋਡਕਾਸਟ ਆ, ਜ਼ਰੂਰ ਵੇਖਿਓ। ਵੀਰ ਜੀ ਦੇ ਰਿਮਾਂਡ 'ਤੇ ਪੀਜ਼ੇ ਆਏ ਨੇ, ਇਹਨਾਂ ਨੇ ਅੱਜ ਮੇਰਾ ਬੜਾ ਸਾਥ ਦਿੱਤਾ, ਮੈਨੂੰ ਸ਼ੂਟ ਦੇ ਵਿੱਚ ਤੰਗ ਨਹੀ�ਂ ਕੀਤਾ, ਥੈਂਕ ਯੂ ਇਮਰੋਜ਼। ਯਾਰ ਪੀਜ਼ੇ ਖਾਣ ਲੱਗੇ
ਗੇਮ ਲੱਭ ਲਓ। ਸਿਟ ਫੋਰ ਟੂਡੇ ਦੋਸਤੋ, ਵਲੌਗ ਚੰਗਾ ਲੱਗਾ ਹੋਵੇ ਤੇ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਰਾਤ ਨੂੰ ਹੀ ਆਏ ਸੀ ਲੇਟ ਐਕਚੁਲੀ, ਤੇ ਮੈਂ ਦੁਪਹਿਰੇ ਕੁਛ ਖਾ ਕੇ ਨਹੀਂ ਸੀ ਗਈ, ਬਿਲਕੁਲ ਭੁੱਖੀ ਗਈ ਸੀ ਤੇ ਮੈਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਤੇ ਆ ਕੇ ਇੰਨੀ ਵਾਹ ਵੀ ਨਹੀਂ ਸੀ ਮੇਰੀ ਵੀ ਮੈਂ ਕੁਛ ਬਣਾ ਪਾਵਾਂ। ਫਿਰ ਆਪਾਂ ਪੀਜ਼ੇ ਔਡਰ ਕਰ ਲਏ, ਕੁੜੀ ਵੀ ਸੀਗੀ ਨਾਲ, ਇੱਕ ਸਾਡੀ ਸਟੂਡੈਂਟ ਸੀ, ਸੋ ਰਾਤ ਨੂੰ ਹੀ ਪੀਜ਼ੇ ਖਾ ਲਏ ਤੇ ਬਸ ਇੱਦਾਂ ਦਾ ਸੀਗਾ। ਹੁਣ ਚੰਗਾ ਲੱਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ। ਤਬੀਅਤ ਠੀਕ ਨਹੀਂ ਹੈ, ਜ਼ੁਕਾਮ ਹੋਇਆ ਵਾ, ਆਵਾਜ਼ ਚੰਗੀ ਇਸ ਕਰਕੇ ਨਹੀਂ ਆਉਂਦੀ। ਥੈਂਕ ਯੂ ਸੋ ਮਚ ਦੋਸਤੋ, ਬਾਏ ਬਾਏ।